ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਦੇ YouTube ਚੈਨਲ ਦੇ ਉੱਤੇ ਤੇ ਅੱਜ ਅਸੀਂ ਗੱਲ ਕਰਾਂਗੇ ਪੰਜਾਬ ਦੇ ਵਿੱਚ ਨਿਕਲੀਆਂ ਹੋਈਆਂ ਸਰਕਾਰੀ ਨੌਕਰੀਆਂ ਦੇ ਬਾਰੇ ਵਿੱਚ ਪੂਰੀ ਡਿਟੇਲ 'ਚ ਅਸੀਂ ਤੁਹਾਨੂੰ ਦੱਸਾਂਗੇ ਕਿ ਕਿੱਦਾਂ ਕਿੱਦਾਂ ਅਪਲਾਈ ਕਰਨਾ ਹੈ ਤੁਸੀਂ ਠੀਕ ਹੈ ਜੀ ਔਰ ਕਿਹੜੇ-ਕਿਹੜੇ ਵਿਭਾਗ ਦੇ ਵਿੱਚ ਕਿੰਨੇ-ਕਿੰਨੇ ਨੌਕਰੀਆਂ ਨਿਕਲੀਆਂ ਹੋਈਆਂ ਨੇ ਤੁਹਾਨੂੰ ਪੂਰੀ ਡਿਟੇਲ ਵਿੱਚ ਦੱਸੂਗਾ ਉਸ ਤੋਂ ਪਹਿਲਾਂ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤੇ ਬੈਲ ਬਟਨ ਨੂੰ ਜਰੂਰ ਦਬਾ ਲਵੋ ਤਾਂ ਕਿ ਇਨ ਫਿਊਚਰ ਦੇ ਵਿੱਚ ਅਗਰ ਕੋਈ ਵੀ ਭਰਤੀ ਆਵੇ ਤਾਂ ਤੁਹਾਡੇ ਤੱਕ ਸਭ ਤੋਂ ਪਹਿਲਾਂ ਉਹਦਾ ਨੋਟੀਫਿਕੇਸ਼ਨ ਪਹੁੰਚ ਜਾਵੇ ਤੇ ਹੁਣ ਦੇ ਬਾਰੇ ਵਿੱਚ ਦੋਸਤੋ ਪਹਿਲੇ ਦੱਸ ਦੇਣਾ ਚਾਹਣਾ ਦੋਸਤੋ ਕਿ ਮੈਂ ਹੋਰ ਵੀ ਇਸ ਤੋਂ ਇਲਾਵਾ ਜਿਹੜੀ ਨੌਕਰੀਆਂ ਪੰਜਾਬ ਦੇ ਵਿੱਚ ਨਿਕਲੇ ਹੋਏ ਉਹਦੀ ਵੀਡੀਓ ਆਲਰੇਡੀ ਬਣਾ ਕੇ ਆਪਣੇ YouTube ਚੈਨਲ ਤੇ ਪਾ ਚੁੱਕਾ ਹਾਂ ਤੁਸੀਂ ਉਹਨਾਂ ਨੂੰ ਵੀ ਜ਼ਰੂਰ ਦੇਖ ਲੈਣਾ ਮੈਂ ਉਹਨਾਂ ਦਾ ਲਿੰਕ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਜ਼ਰੂਰ ਦੇ ਦੇਵਾਂਗਾ ਤੇ ਹੁਣ ਅਸੀਂ ਗੱਲ ਕਰਦੇ ਹਾਂ ਜੀ ਜਿਹੜੀ ਡਿਪਾਰਟਮੈਂਟ ਦੇ ਵਿੱਚ ਭਰਤੀਆਂ ਨਿਕਲੀਆਂ ਨੇ ਸਭ ਤੋਂ ਪਹਿਲਾਂ ਅਸੀਂ ਪੋਸਟਾਂ ਤੇ ਤਨਖਾਹਾਂ ਦੀ ਗੱਲ ਕਰ ਲੈਣੇ ਕਿੰਨੀ-ਕਿੰਨੀ ਜਿਹੜੀ ਪੋਸਟਾਂ ਨਿਕਲੀਆਂ ਹੋਈਆਂ ਨੇ ਜੀ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਪੋਸਟ ਦੀ ਤਨਖਾਹ ਦੀ ਇਹਦੇ ਵਿੱਚ ਸਭ ਤੋਂ ਪਹਿਲੇ ਤਨਖਾ ਉਦੇ ਵਿੱਚ ਇੱਕ ਦੋ ਪੋਸਟਾਂ ਨੇ ਤੇ 75000 ਤੁਹਾਡੀ ਸੈਲਰੀ ਰਹੇਗੀ ਮੈਡੀਕਲ ਅਫੀਸਰ ਦੀਆਂ ਜਿਹੜੀਆਂ ਨੇ ਉਹ ਵੀ ਪੋਸਟਾਂ ਜਿਹੜੀਆਂ ਨੇ ਇਹਨਾਂ ਨੇ ਦਿੱਤੀਆਂ ਹੋਈਆਂ ਦੇਖ ਪਾ ਰਹੇ ਤੁਸੀਂ ਲੁਧਿਆਣਾ ਦੁਰਾਹਾ ਸੰਬਰਾਲਾ ਤੇ ਇਹਦੇ ਵਿੱਚ ਨਿਕਲੀਆਂ ਹੋਈਆਂ ਨੇ ਇਹ 75000 ਸੈਲਰੀ ਰਹੇਗੀ ਤੁਹਾਡੀ ਡੈਂਟਲ ਅਫੀਸਰ ਦੀ ਵੀ ਜਿਹੜੀ ਹੈ ਉਹਨਾਂ ਨੇ ਪੋਸਟਾਂ ਅੱਗੇ ਮੈਂਸ਼ਨ ਕੀਤੀਆਂ ਹੋਈਆਂ ਤੁਸੀਂ ਦੇਖ ਹੀ ਪਾ ਰਹੇ ਹੋ ਠੀਕ ਹੈ ਜੀ ਇਹ ਵੀ ਮੈਂ ਲਿੰਕ ਜਿਹੜਾ ਇਸ ਦਾ ਤੁਹਾਨੂੰ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਦੇ ਦਾਂਗਾ ਤੇ ਇਹਦੇ ਵਿੱਚ ਤਨਖਾਹ ਜਿਹੜੀ ਹੈ 75000 ਰਹੇਗੀ ਤੁਹਾਡੀ ਉਸ ਤੋਂ ਬਾਅਦ ਨੀਚੇ ਗੱਲ ਕਰਦੇ ਆ ਲੈਬ ਟੈਕਨੀਸ਼ੀਅਨ ਲੈਬ ਅਸਿਸਟ ਠੀਕ ਹੈ ਜੀ اٹੈਂਡੈਂਟ ਕਲਰਕ ਠੀਕ ਹੈ ਜੀ ਸਫਾਈ ਵਾਲੇ ਚੌਂਕੀਦਾਰ ਡਰਾਈਵਰ ਡੇਟਾ ਐਂਟਰੀ ਆਪਰੇਟਰ ਆਈਟੀ ਨੈਟੈਕ ਪੀਐਨ ਇਹਨਾਂ ਦੀ ਪੋਸਟ ਜਿਹੜੀ ਨਿਕਲੀਆਂ ਹੋਈਆਂ ਨੇ ਤੇ ਇਹਨਾਂ ਦੀ ਅੱਗੇ ਤੁਸੀਂ ਦੇਖ ਹੀ ਪਾ ਰਹੇ ਹੋ ਉਹਨਾਂ ਦੀ ਪੋਸਟਾਂ ਕਿੰਨੀਆਂ ਨੇ ਔਰ ਪਲੱਸ ਉਹਨਾਂ ਇਤਨੇ ਖਾ ਜਿਹੜੀ ਉਹਨਾਂ ਨੇ ਮੈਂਸ਼ਨ ਕੀਤੀ ਹੋਈ ਹੈ ਜੀ ਇਹ ਤੁਸੀਂ ਦੇਖ ਲਓ ਇੱਕ ਵਾਰੀ ਪੂਰਾ ਪੜ ਲਣਾ ਅਗਰ ਤੁਹਾਨੂੰ ਕੋਈ ਦਿੱਕਤ ਆਵੇ ਤੁਸੀਂ ਸਾਨੂੰ ਕਮੈਂਟ ਕਰਕੇ ਵੀ ਪੁੱਛ ਸਕਦੇ ਹੋ ਤਾਂ ਮੈਂ ਤੁਹਾਨੂੰ ਹੁਣ ਲੈ ਚੱਲਦਾ ਜੀ ਇਹਨਾਂ ਦੇ ਅਫੀਸ਼ੀਅਲ ਨੋਟੀਫਿਕੇਸ਼ਨ ਦੇ ਉੱਪਰ ਇਹ ਜਿਹੜਾ ਨੋਟੀਫਿਕੇਸ਼ਨ ਤੁਸੀਂ ਦੇਖ ਪਾ ਰਹੇ ਹੋ ਜੀ ਇਹਨਾਂ ਦ ਤੁਸੀਂ ਅਪਲਾਈ ਕੀਤਾ ਕਰਨਾ ਹੈ ਉਹਦੀ ਅਫੀਸ਼ੀਅਲ ਵੈਬਸਾਈਟ ਦੇ ਉੱਪਰ ਜਾ ਕੇ ਤੁਸੀਂ ਅਪਲਾਈ ਕਰ ਲੈਣਾ ਜੀ ਇਹਦੇ ਲਈ ਮੈਂ ਤੁਹਾਨੂੰ ਜਿਸ ਦੀ ਅਫੀਸ਼ੀਅਲ ਵੈਬਸਾਈਟ ਦਾ ਲਿੰਕ ਜਿਹੜਾ ਹੈ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਦੇ ਦੇਵਾਂਗਾ ਤੁਸੀਂ ਉੱਥੋਂ ਕਲਿੱਕ ਕਰਕੇ ਸਿੱਧਾ ਜਾ ਕੇ ਅਪਲਾਈ ਕਰ ਪਾਉਗੇ ਅਗਰ ਤੁਹਾਨੂੰ ਕੋਈ ਦਿੱਕਤ ਆਉਂਦੀ ਹੈ ਜਾਂ ਕੋਈ ਵੀ ਪ੍ਰੋਬਲਮ ਆਉਂਦੀ ਹੈ ਤੁਸੀਂ ਸਾਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ ਅਫੀਸ਼ੀਅਲ ਨੋਟੀਫਿਕੇਸ਼ਨ ਵੀ ਜਿਹੜਾ ਤੁਸੀਂ ਦੇਖ ਹੀ ਪਾ ਰਹੇ ਹੋ ਇਹ ਜਿਹੜਾ ਬਿਲਕੁਲ ਆਥੈਂਟਿਕ ਹੈ ਜੀ ਸੋ ਵੱਧ ਤੋਂ ਵੱਧ ਵੀਡੀਓ ਨੂੰ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਕਰਨਾ ਤਾਂ ਕਿ ਉਹ ਵੀ ਅਪਲਾਈ ਕਰ ਸਕਣ ਇਸ ਪੋਸਟ ਦੇ ਲਈ ਅਗਰ